ਰਿਸ਼ਵਤ ਲੈਣ ਦੇ ਆਰੋਪ ਦੇ ਵਿੱਚ ਜੇਲ੍ਹ ਗਏ ਡਾਕਟਰ ਵਿਜੇ ਸਿੰਗਲਾ ਵੱਲੋਂ ਜਿਹੜੀ ਕਰੋੜਾਂ ਦੀ ਰਿਸ਼ਵਤ ਮੰਗੀ ਗਈ ਸੀ ਦੱਸਿਆ ਜਾ ਰਿਹਾ ਕਿ ਟੈਂਡਰ ਦੇ ਵਿੱਚ ਉਹਨਾਂ ਨੇ 1% ਕਮਿਸ਼ਨ ਦੀ ਮੰਗ ਕੀਤੀ ਸੀ ਜਿਸ ਦੇ ਵਿੱਚੋਂ ਜਿਹੜੀ ਅਮਾਉਂਟ ਹੈ ਜਿਹੜੀ ਉਹ ਕਰੋੜਾਂ ਦੀ ਬਣ ਰਹੀ ਹੈ ਮੇਰੇ ਕੋਲ ਇਸ ਵੇਲੇ FIR ਦੀ ਕਾਪੀ ਮੌਜੂਦ ਹੈ ਸੁਪਰੀਡੈਂਟ ਇੰਜੀਨੀਅਰ ਵੱਲੋਂ ਜਿਹੜੀ ਹੈ FIR ਦਰਜ ਕਰਵਾਈ ਗਈ ਹੈ ਉਹਨਾਂ ਦੇ ਖਿਲਾਫ ਉਹਨਾਂ ਦਾ ਕਹਿਣਾ ਹੈ ਕਿ ਪੰਜਾਬ ਭਵਨ ਦੇ ਵਿੱਚ ਉਹਨਾਂ ਨੂੰ ਸੱਦਿਆ ਗਿਆ ਸੀ ਪੰਜਾਬ ਭਵਨ ਦੇ ਵਿੱਚ ਸੱਦ ਕੇ ਉਹਨਾਂ ਵੱਲੋਂ ਜਿਹੜੀ ਹੈ ਕਰੋੜਾਂ ਦੀ ਰਿਸ਼ਵਤ ਮੰਗੀ ਗਈ ਹੈ 58 ਕਰੋੜ ਰੁਪਏ ਦਾ ਟੈਂਡਰ ਸੀਗਾ 58 ਕਰੋੜ ਰੁਪਏ ਟੈਂਡਰ ਵਿੱਚੋਂ ਜਿਹੜੀ ਹੈ ਉਹਨਾਂ ਵੱਲੋਂ 2% ਕਮਿਸ਼ਨ ਮੰਗੀ ਗਈ ਸੀ 2% ਕਮਿਸ਼ਨ ਜਿਹੜੀ ਹੈ 1 ਕਰੋੜ 16 ਲੱਖ ਰੁਪਏ ਜਿਹੜੀ ਹੈ ਉਹਨਾਂ ਕੋਲ ਬਤੌਰ ਰਿਸ਼ਵਤ ਮੰਗ ਕੀਤੀ ਗਈ ਸੀ ਜਿਸ ਤੋਂ ਬਾਅਦ ਉਹਨਾਂ ਦਾ ਕਹਿਣਾ ਹੈ ਕਿ ਮੈਂ ਇਨਕਾਰ ਕਰ ਦਿੱਤਾ ਸੀਗਾ ਕਿ ਮੇਰੇ ਕੋਲ ਜਿਹੜੀ ਹੈ ਮੈਂ ਇੰਨੀ ਰਿਸ਼ਵਤ ਨਹੀਂ ਦੇ ਸਕਦਾ ਡੈਪੂਟੇਸ਼ਨ ਤੇ ਉਹ ਕੰਮ ਕਰ ਰਹੇ ਸੀ ਮੈਡੀਕਲ ਵਿਭਾਗ ਦੇ ਵਿੱਚ ਉਹਨਾਂ ਦਾ ਕਹਿਣਾ ਸੀਗਾ ਕਿ ਉਹਨਾਂ ਨੂੰ ਉਹਨਾਂ ਦੇ ਮਹਿਕਮੇ ਦੇ ਵਿੱਚ ਵਾਪਸ ਭੇਜ ਦਿੱਤਾ ਜਾਵੇ ਪਰ ਜਿਹੜੀ ਉਹਨਾਂ ਵੱਲੋਂ ਜਿਹੜੀ ਮੀਟਿੰਗ ਕੀਤੀ ਗਈ ਸੀ ਪੰਜਾਬ ਭਵਨ ਦੇ 203 ਨੰਬਰ ਕਮਰੇ ਦੇ ਵਿੱਚ ਉਹਨਾਂ ਨੂੰ ਸੱਦਿਆ ਗਿਆ ਸੀ ਤੇ ਉਹਨਾਂ ਕੋਲੋਂ ਜਿਹੜੀ ਹੈ 58 ਕਰੋੜ ਰੁਪਏ ਦੇ ਟੈਂਡਰ ਦੇ ਵਿੱਚੋਂ 2% ਕਮਿਸ਼ਨ ਦੀ ਮੰਗ ਕੀਤੀ ਗਈ ਸੀ ਜੋ ਕਿ 1 ਕਰੋੜ 16 ਲੱਖ ਰੁਪਏ ਬਣਦੀ ਹੈ ਤੇ ਦੱਸਦੇ ਕਿ ਉਹਨਾਂ ਵੱਲੋਂ ਜਿਹੜੀ ਕਮਿਸ਼ਨ ਮੰਗੀ ਗਈ ਸੀ ਜਿਸ ਦੇ ਖਿਲਾਫ ਉਹਨਾਂ ਵੱਲੋਂ CM ਮਾਨ ਨੂੰ ਜਿਹੜੀ ਸ਼ਿਕਾਇਤ ਕੀਤੀ ਗਈ ਸੀ CM ਮਾਨ ਨੇ ਉਹਨਾਂ ਨੂੰ ਭਰੋਸਾ ਦਿਵਾਇਆ ਸੀ ਕਿ ਉਹਨਾਂ ਦੇ ਨਾਲ ਨੇ ਤੇ ਅੱਜ ਉਸੇ ਤੇ ਹੀ ਐਕਸ਼ਨ ਲੈਂਦਿਆਂ CM ਮਾਨ ਵੱਲੋਂ ਉਹਨਾਂ ਨੂੰ ਬਰਖਾਸਤ ਕਰ ਦਿੱਤਾ ਸੀ ਮੰਤਰੀ ਪਦ ਦੇ ਅਹੁਦੇ ਤੋਂ ਜਿਹੜਾ ਉਹਨਾਂ ਨੂੰ ਬਰਖਾਸਤ ਕਰ ਦਿੱਤਾ ਗਿਆ ਸੀ ਤੇ ਇਸ ਦੇ ਨਾਲ ਹੀ ਇਸ ਸਮੇਂ ਹੁਣ ਡਾਕਟਰ ਵਿਜੇ ਸਿੰਘਾ ਜਿਹੜੇ ਨੇ ਉਹ ਜੇਲ੍ਹ ਦੇ ਵਿੱਚ ਨੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਉਹਨਾਂ ਦੇ ਜਿਹੜੇ ਕਰੋੜਾਂ ਦੀ ਰਿਸ਼ਵਤ ਮੰਗਣ ਦੇ ਆਰੋਪ ਲੱਗੇ ਨੇ FIR ਜਿਹੜੀ ਉਹਨਾਂ ਵੱਲੋਂ ਤੁਹਾਨੂੰ ਸੁਣਾਈ ਹੈ FIR ਜਿਹੜੀ ਹੈ FIR ਦੀ ਕਾਪੀ ਬਾਹਰ ਆ ਗਈ ਹੈ ਜਿਸ ਦੇ ਵਿੱਚ ਉਹਨਾਂ ਦਾ ਕਹਿਣਾ ਹੈ ਕਿ ਸੁਪਰੀਡੈਂਟ ਇੰਜੀਨੀਅਰ ਬਤੌਰ ਉਹ ਮੈਡੀਕਲ ਵਿਭਾਗ ਦੇ ਵਿੱਚ ਕੰਮ ਕਰ ਰਹੇ ਸੀ ਤੇ ਉਹਨਾਂ ਕੋਲੋਂ ਜਿਹੜੀ ਹੈ ਡਾਕਟਰ ਵਿਜੇ ਸਿੰਗਲਾ ਜਿਹੜੇ ਸਿਹਤ ਮੰਤਰੀ ਨੇ ਤੇ ਉਹਨਾਂ ਦੇ OST ਨੇ ਜਿਹੜੀ ਹੈ ਕਰੋੜਾਂ ਦੀ ਰਿਸ਼ਵਤ ਦੀ ਮੰਗ ਕੀਤੀ ਸੀ 58 ਕਰੋੜ ਦਾ ਟੈਂਡਰ ਸੀਗਾ ਤੇ ਜਿਸ ਦੇ ਵਿੱਚੋਂ 2% ਕਮਿਸ਼ਨ ਦੀ ਮੰਗ ਕੀਤੀ ਸੀ 2% ਕਮਿਸ਼ਨ ਜਿਹੜੀ ਹੈ ਉਹਨਾਂ ਦੀ 1 ਕਰੋੜ 16 ਲੱਖ ਰੁਪਏ ਬਣਦੀ ਸੀ।